ਤੇ ਸੱਚੇ ਪਾਤਸ਼ਾਹ ਜੀ ਇੱਕ ਬੇਨਤੀ ਹੈ, ਜਾਂ ਤਾਂ ਚਿੱਠੀ ਨੂੰ ਮਾਫ ਮੋੜੋ ਤੇ ਨਹੀਂ ਪਹਿਲਾਂ ਸਾਡੀ ਚਿੱਠੀ ਕੱਢੋ। ਜਿਸ ਮਰਨ ਤੇ ਜੱਗ ਡਰਦਾ, ਜੱਗ ਡਰਦਾ ਮਰਨ ਤੋਂ, ਖਾਲਸਾ ਨਹੀਂ ਡਰਦਾ। ਜਿਸ ਮਰਨ ਤੇ ਜੱਗ ਡਰਦਾ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਾਣੀ ਸਿਰ ਬਣਾਇਆ ਕਿਰਪਾਲ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਤੋਂ, ਖਾਲਸਾ ਪੰਥ ਪੰਜ ਪਿਆਰੇ ਦੇ ਨਿਓ ਰੱਖੀ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਚਿੱਠੀ ਮੈਂ ਮੋੜ ਨਹੀਂ ਸਕਦਾ, ਮੈਨੂੰ ਬਹੁਤ ਚਾਅ ਹੈ। ਹਜ਼ੂਰ ਕਹਿੰਦੇ ਧਰਮਰਾਜ ਚਿੱਠੀ ਨਹੀਂ ਆਈ, ਇਹ ਸੱਚਖੰਡ ਦਾ ਬਾਬੇ ਨਾਨਕ ਦੀ ਚਿੱਠੀ ਹੈ, ਸੱਚਖੰਡ ਦਾ ਸੱਦਾ, ਮੈਨੂੰ ਬਹੁਤ ਚਾਅ ਹੈ ਪੰਥ ਦੇਵਾਂ ਦੀ ਕਹਿੰਦੇ ਇਹ ਆਖਿਆ। ਤੇ ਭਾਈ ਵਿਆਸ ਨੇ ਆਖਿਆ ਜੀ ਕਿ ਕਿਰਪਾ ਕਰੋ ਮੈਨੂੰ ਪਹਿਲਾਂ ਭੇਜੋ, ਮੈਂ ਪੂਰੇ ਜਾਂਦਿਆਂ ਨੂੰ ਆਸਣ ਲਾਊਂਗਾ, ਸਾਰੀ ਸੇਵਾ ਉੱਥੇ ਕਰੂੰਗਾ, ਨਹੀਂ ਸੇਵਾ ਦਾ ਨਿਯਮ ਟੁੱਟ ਜਾਵੇਗਾ, ਗੁਰੂ ਤੋਂ ਬਿਨਾਂ ਖਾਲਸੇ ਦਾ ਕਿਆ ਬਣੇ, ਕਿਰਪਾ ਕਰੋ। ਸਤਿਗੁਰ ਪੰਥ ਦੇ ਬਾਣੀ ਕੁਝ ਚਿਰ ਸਮਾਧਿਤ ਹੋ ਕੇ ਕਹਿੰਦੇ ਐ ਕਰੋ, ਤਖਤ ਪੋਥ ਲਿਆਓ, ਚਿਲੋਆ ਤਾਣੋ, ਮੰਜੀ ਸਾਹਿਬ ਲਿਆਓ, ਸਤਿਗੁਰੂ ਲਿਆਓ, ਗੁਰੂ ਗ੍ਰੰਥ ਸਾਹਿਬ ਬਿਠਾ ਕੇ ਗੁਰੂ ਸਾਹਿਬ ਸਾਰੀ ਸੇਵਾ ਕਰਕੇ ਹਜ਼ੂਰ ਆਪ ਬਾਬੇ ਬੈਠ ਕੇ ਪਲਕਾਂ ਲਾਈਆਂ, ਹਜ਼ੂਰ ਨੇ ਸਾਰੀ ਸੇਵਾ ਕੀਤੀ। ਕੋਲੇ ਭਾਈ ਦਿਆਲ ਸਿੰਘ ਦੇ ਧਰਮ ਸਿੰਘ ਸੀ, ਸਾਡੇ ਦੇ 300 ਖਾਲਸਾ ਸਿੱਖ ਸੀ ਪੂਰਨ ਉਸ ਟਾਈਮ, ਪੂਰਨੈਨ ਡੇਂਡਾ ਦਾ ਬਿਲ ਚਾਰ ਸਵੇਰੇ ਖੜੇ ਸੀ, ਸਤਿਗੁਰਾਂ ਨੇ ਤਾਬਿਆ ਹੋਏ ਤੇ ਹਜ਼ੂਰ ਨੇ ਪੰਜ ਪ੍ਰਕਰਮਾ ਕਰਕੇ ਤੇ ਪੰਜ ਪੈਸੇ ਨਾਰੀਆਂ ਨੂੰ ਮੱਥਾ ਟੇਕੇ ਤੇ ਟੇਕੇ ਦੋਹੇਰਾ ਪੜਿਆ ਆ ਗਿਆ ਬਈ ਉਕਾਲ ਕੀ, ਥੋੜੇ ਸਮਝ ਹੋਵੇ ਬਈ ਸਾਨੂੰ ਆ ਗਿਆ ਦਿੱਲੀ ਸਰਕਾਰ ਦੀ ਹੁੰਦੀ, ਉਦੋਂ ਬਾਹਰ ਨਹੀਂ ਹੁੰਦੀ ਕਿਸੇ ਦੀ, ਕਲਗੀਆਂ ਵਾਲੇ ਪੰਥ ਦੇ ਬਾਣੀ ਕਹਿੰਦੇ ਮੈਨੂੰ ਅਕਾਲ ਪੁਰਖ ਦੀ ਆਗਿਆ ਹੋਈ ਹੈ, ਖਾਲਸਾ ਜੀ ਆ ਗਿਆ ਬਈ ਉਕਾਲ ਕੀ, ਤਵੀ ਚਲਾਇਓ ਪੰਥ, ਸਭ ਸੁੱਖ ਕੋ ਹੁਕਮ ਹੈ, ਗੁਰੂ ਮੰਨਿਓ ਗ੍ਰੰਥ। ਗੁਰੂ ਜੀ ਨੇ ਫਿਰ ਵਿਚਾਰਿਆ ਵੀ ਹਿੰਦੂ ਧਰਮ ਦਾ 350 ਗ੍ਰੰਥ ਹੈ, ਮੁਸਲਮਾਨ ਦੇ ਵੀ ਹੈ ਕੁਰਾਨ, ਗੀਤਾ, ਬਾਈਬਲ, ਹੋਰ ਵੀ ਗ੍ਰੰਥ ਹਨ, ਪਰ ਮੇਰੇ ਸਿਰ ਦੇ ਗ੍ਰੰਥ ਨੂੰ ਗ੍ਰੰਥ ਗ੍ਰੰਥੀ ਨਿਕਲੀ ਜਾਂਦੀ, ਹਜ਼ੂਰ ਨੇ ਕੋਈ ਕਮੀ ਨਹੀਂ ਰਹਿਣ ਦੀ। ਇਹੋ ਆਖਿਆ ਆ ਗਿਆ ਭਈ ਉਕਾਲ ਕੀ ਤਵੀ ਚਲਾਇਓ ਪੰਥ, ਜਾਣੀ ਅਵੀ ਮੈਥੋਂ ਹੁਣੇ ਹੀ ਇਦੋਂ ਬਾਅਦ ਹੁਣੇ ਹੀ ਸਭ ਸਿੱਖ ਕੋ ਹੁਕਮ ਹੈ ਗੁਰੂ ਮੰਨਿਓ, ਗੁਰੂ ਨੂੰ ਮੰਨਿਓ, ਕਿਹਨੂੰ ਗ੍ਰੰਥ,
ਇਹ ਗੁਰੂ ਜੀ ਨੇ ਸੋਚਿਆ ਕਿ ਪੁੱਛੇ ਤੁਹਾਡਾ ਗੁਰੂ ਕਿਹੜਾ ਸਾਡਾ ਗ੍ਰੰਥ। ਗੁਰੂ ਜੀ ਕਹਿੰਦੇ ਦੂਜੀ ਦੋ ਹੇਰਾ ਉਹਨੂੰ ਕਹਿੰਦੇ ਦੋ ਦੋ ਪੰਕਤੀਆਂ ਬੋਲਣ ਦੇ ਨਾਲ, ਦੋ ਹੇਰਾ ਦੋ ਪੰਕਤੀਆਂ ਬੋਲਦੇ ਆ, ਦੋ ਪੰਕਤੀਆਂ ਦਾ ਦੋ ਹੇਰਾ ਬਣ, ਦੋ ਹੇਰਾ ਦੋ ਹੇਰਾ ਲਾਇਆ ਗਿਆ। ਗੁਰੂ ਜੀ ਕਹਿੰਦੇ ਗੁਰੂ ਗ੍ਰੰਥ ਜੀ ਮਾਨਿਓ, ਕਿਵੇਂ ਮੰਨਿਓ ਖਾਲਸਾ ਜੀ? ਭਾਈ ਜੀ ਆਸ ਸੰਬੋਧਨ ਕਰਕੇ ਆ, ਕਿਵੇਂ ਮੰਨਿਓ? ਪ੍ਰਗਟ ਗੁਰਾਂਗੀ ਦੇ ਗੁਰਾਂਗੀ ਆ ਕੇ ਇਹ ਨਿਓ ਬਾਬੇ ਨਾਨਕ ਦੀ ਰੱਖੀ ਹੈ। ਗੁਰਾਂ ਉਹ ਕਿਹੜੀ? ਗੁਰੂ ਸਾਹਿਬ ਪ੍ਰਮਾਣ ਕਰਦੇ ਆ ਕੀ ਕਹਿੰਦੇ ਪਾਤਸ਼ਾਹ, ਗੁਰਾਂ ਇੱਕ ਦੇ ਭਜਾਈ। ਬਾਬਾ ਨਾਨਕ ਜੀ ਕਹਿੰਦੇ ਮੈਂ ਦਸ ਜਾਮੇ ਪਹਿਨੂੰਗਾ, ਗੁਰਾਂ ਸ਼ਬਦ ਬੋਲੇ ਬਾਬਾ ਨਾਨਕ ਜੀ ਜਪਜੀ ਸਾਹਿਬ ਚ, ਗੁਰਾਂ ਇੱਕ ਦੇ ਭਜਾਈ ਸਭਨਾ ਜੀਆਂ ਕਾ ਇੱਕ ਦਾ ਤਾਂ ਸੋ ਮੈਂ ਬਿਸਰ ਨਾ ਜਾਈ। ਅੱਜ ਅੱਜ ਕੱਲ੍ਹ ਸਾਰੇ ਜੀਆਂ ਦਾ ਗੁਰੂ ਗ੍ਰੰਥ ਸਾਹਿਬ ਦਾਤਾ ਹੈ, ਇੱਕ ਕਰਤਾ। ਪਹਿਲੇ ਦਸ ਜਾਮੇ ਪਹਿਨੇ, ਦਸ ਤੋਂ ਪਹਿਲੇ ਪ੍ਰਗਟ ਗੁਰਾਂ ਕੀ ਵੇ ਹੈ ਤੇ ਭਾਈ ਵਿਆਸ ਨੇ ਆਖਿਆ ਪਾਤਸ਼ਾਹ ਜੀ ਜਦੋਂ ਅੰਮ੍ਰਿਤਸਰੇ ਦਰਸ਼ਨ ਕਰਨਾ ਹੋਏ ਫਿਰ ਕਿਸੇ ਦੇ ਦਰਸ਼ਨ ਕਰਾਂਗੇ? ਸਤਿਗੁਰ ਕਹਿੰਦੇ ਭਾਈ ਵਿਆਸ ਨੇ ਗਾਗਰਾ ਲਿਆਇਓ ਪਾਣੀ ਦੀ, ਉਵੇਂ ਅੱਜ ਮੌਜੂਦਾ ਉਵੇਂ ਮਰਜਾ ਲਿਆ ਹਜ਼ੂਰ ਸਾਹਿਬ, ਉਵੇਂ ਗਾਗਰਾ ਦੀ ਸੇਵਾ ਕਰਿਓ ਤੇ ਚੌਂਕੀ ਡਾ ਲਿਓ। ਹਜ਼ੂਰ ਕਹਿੰਦੇ ਚਾਦਰੇ ਦਾ ਪਰਦਾ ਕਰ ਲਓ। ਗੁਰੂ ਜੀ ਕਹਿੰਦੇ ਤੁਸੀਂ ਬਾਹਰ ਕਰਕੇ ਜਪਜੀ ਸਾਹਿਬ ਪਾਠ ਕਰਿਓ ਤੇ ਸਾਡੇ ਅੰਦਰ ਇਸ਼ਨਾਨ ਕਰਦੇ ਤੇ ਤੁਹਾਨੂੰ ਦਰਸ਼ਨ ਹੋਇਆ ਕਰਨਗੇ। ਉਹ ਮਰਿਆਦਾ ਬਾਬਾ ਨੰਦ ਸਿੰਘ ਲੈ ਕੇ ਆਏ, ਉਹ ਮਰਿਆਦਾ ਬਾਬਾ ਜੀ ਮੇਹਰ ਹੈ, ਮੈਂ ਮਾਣ ਕਰਦਾ, ਉਹ ਮਾਇਆ ਤੋਂ ਡਰਦਾ, ਮਾਇਆ ਤੋਂ ਪੈ ਜਾਏ। ਉਹ ਮਰਿਆਦਾ ਅੱਜ ਆਪਣੀ ਇੱਥੇ ਬੰਧਣੀ, ਦੋ ਬਾਲਟੀਆਂ ਭਰੀਆਂ ਜਾਂਦੀਆਂ ਪਾਣੀ ਦੀਆਂ, ਪਹਿਲੇ ਦਸਵੇਂ ਬਾਬਾ ਨੰਦ ਸਿੰਘ ਬਾਬਾ ਈਸ਼ਰ ਸਿੰਘ ਤੇ ਸਵਾ ਬਾਰਾਂ ਵਜੇ ਕੜਾਹ ਪ੍ਰਸ਼ਾਦ ਬਣਦਾ ਰੋਜ਼ ਦਾ। ਇਹ ਮਰਿਆਦਾ ਹਜ਼ੂਰ ਸਾਹਿਬ ਵਿੱਚ ਵੀ ਹੈ, ਆਉਣਾ ਇਵੇਂ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਜਾਂਦਾ ਭੋਲੇ। ਅੱਜ 40 ਸਾਲ ਹੋ ਗਏ ਇਸ ਮਰਿਆਦਾ ਦਾ ਤੇ ਬਾਬਾ ਜੀ ਨੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਖਿਆ ਜਦੋਂ ਨਿਰਣੇ ਕਰੋਗੇ ਅੰਮ੍ਰਿਤ ਵੇਲੇ ਤੇ ਸਤਿਗੁਰੂ ਦਾ ਪ੍ਰਕਾਸ਼ ਕਰੋਗੇ, ਨਿਰਣੇ ਪੰਜ ਬਾਣੀ ਦਾ ਕਰੋਗੇ ਤੇ ਐਨ ਖਾਲਸੇ ਵਾਲੀ ਵਰਦੀ ਪਹਿਨੋਗੇ ਤੇ ਫਿਰ ਪ੍ਰਕਾਸ਼ ਕਰੋਗੇ, ਜਦੋਂ ਸਤਿਗੁਰ ਦੇ ਦਰਸ਼ਨ ਕਰੋਗੇ ਦੋਨੇ ਪੈਰ ਜੋੜ ਕੇ ਖੜੇ ਹੋ, ਹੱਥ ਜੋੜ ਕੇ ਖੜੇ ਹੋ, ਨੇਤਰ ਜੋੜ ਕੇ ਖੜੇ ਹੋ, ਮਨ ਜੋੜ ਕੇ ਸੁਰਤੀ ਜੋੜ ਕੇ ਖੜੇ ਹੋ, ਖੜ ਕੇ ਫਿਰ ਮੱਥਾ ਟੇਕਿਓ, ਮੱਥਾ ਟੇਕ ਕੇ ਜਦੋਂ ਸਿਰਕਾ ਚੁੱਕੋਗੇ ਉਸ ਟਾਈਮ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੇਰੇ ਤੁਹਾਨੂੰ ਦਰਸ਼ਨ ਹੋਇਆ ਕਰਨਗੇ। ਇਹ ਮਚਨ ਆਖਿਆ ਸਤਿਗੁਰ ਪਾਤਸ਼ਾਹ।
ਕਿੰਨੇ ਦਰਸ਼ਨਾਂ ਦਾ ਸਰਨਾ ਨਹੀਂ ਗਾ ਤੇ ਪਰਸ਼ਨ ਇਹ ਗੱਲ ਸਰਨਾ ਨਹੀਂ ਪਰਸ਼ਨ ਵੀ ਹੋਵੇ। ਸਤਿਗੁਰ ਕਹਿੰਦੇ ਤੁਸੀਂ ਤਾਬਿਆ ਬੈਠੋ ਭਾਈ ਦਿਆ ਸਿੰਘ ਜੀ ਆਪ ਹਜ਼ੂਰ ਨੇ ਚੌਰ ਫੜਿਆ ਦੂਜੇ ਪਾਸੇ ਭਾਈ ਮਾਨ ਸਿੰਘ ਜੀ ਖੜੇ ਜੀ ਧਰਮ ਸਿੰਘ ਜੀ ਚੌਰ ਕਰਿਆ ਹਜ਼ੂਰ ਪੰਥ ਦੇ ਬਾਣੀ ਨੇ ਗੁਰੂ ਗ੍ਰੰਥ ਸਾਹਿਬ ਤੋਂ ਦੀ ਚੌਰ ਕਰਦੇ ਗੁਰੂ ਜੀ ਕਹਿੰਦੇ ਕਰ ਲਓ ਗੱਲਾਂ ਗੁਰੂ ਗ੍ਰੰਥ ਸਾਹਿਬ ਨਾਲ ਮੇਰੇ ਰੂਪ ਨਾਲ ਕਰ ਲਓ ਗੱਲਾਂ ਹੁਕਮਨਾਮਾ ਪਹਿਲੀ ਵੇਰ ਉਹ ਆਇਆ ਗੁਰ ਪੂਰਾ ਭੇਟਿਓ ਬੜ ਭਾਰਤੀ ਟਾਈਮ ਤੁਹਾਡੇ ਦੀ ਆਖ ਕਰੀਏ ਤੁਹਾਡਾ ਹਰੇਕ ਦਾ ਮਨ ਮੰਨ ਜੇ ਗੁਰ ਪੂਰਾ ਭੇਟਿਓ ਬੜ ਭਾਰਤੀ ਮਨੇ ਪਿਆ ਵਰਗਾ ਸਖ ਕੋਈ ਇਹ ਪਹਿਲਾ ਹੁਕਮਨਾਮਾ ਹਜ਼ੂਰ ਸਾਹਿਬ ਦਾ ਜਿਹਦੇ ਪ੍ਰਕਾਸ਼ ਕੀਤੇ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਹਿਬ ਦਾ ਪ੍ਰਵਾਸਾ ਆਪਣੇ ਸਤਿਗੁਰ ਕੋ ਵਲਿਹਾਰੀ ਆਕੇ ਸਭੋ ਪਾਛੇ ਸੁਨ ਸਹਿਜੈ ਕਰ ਆਨੰਦ ਹਮਾਰੇ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਨੀ ਲਾਗੇ ਇੱਕ ਰਾਮ ਨਾਮ ਅਧਾਰਾ ਸਫਲ ਦਰਸ਼ਨ ਆਵੇ ਦਰਸ਼ਨ ਆਖਿਆ ਗੁਰੂ ਜੀ ਨੇ ਭਾਈ ਦਿਆ ਹੁਕਮਨਾਮੇ ਵਿੱਚ ਆਪ ਨਾਲ ਜੀ ਕਹਿੰਦੇ ਮੇਰੇ ਭਾਈ ਦਿਆ ਮੈਂ ਗੱਲਾਂ ਕਰਦਾ ਕਿ ਨਹੀਂ ਕਰਦਾ ਇਉਂ ਬੋਲਦੇ ਸਫਲ ਦਰਸ਼ਨ ਅਕਾਲ ਮੂਰਤ ਇਹ ਵਾਕਿਆ ਕਾਲ ਦੀ ਮੂਰਤ ਨਹੀਂ ਹੈ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਗੋਡਾ ਕੀਤਾ ਪਿਆ ਹੈ ਉਹਨੂੰ ਦਿਖਾਵਾ ਹੈ ਹਜ਼ੂਰ ਕਹਿੰਦੇ ਉਹਦੀ ਮੂਰਤ ਨਹੀਂ ਹੈ ਅਕਾਲ ਪੁਰਖ ਦੀ ਮੂਰਤ ਹੈ ਅਕਾਲ ਸਫਲ ਦਰਸ਼ਨ ਅਕਾਲ ਮੂਰਤ ਹਜ਼ੂਰ ਕਹਿੰਦੇ ਅਕਾਲ ਮੂਰਤ ਅਕਾਲ ਦੀ ਮੂਰਤ ਹੈ ਕਾਲ ਦੀ ਮੂਰਤ ਨਹੀਂ ਹੈ ਪ੍ਰਭ ਹੈ ਭੀ ਹੋਵਨ ਹਾਰਾ ਇਹ ਅੱਗੇ ਪਿੱਛੇ ਵੀ ਸੀ ਹੁਣ ਵੀ ਹੈ ਅੱਗੇ ਨੂੰ ਵੀ ਹੋਵੇ ਇਹ ਗੁਰੂ ਗ੍ਰੰਥ ਸਾਹਿਬ ਤਿੰਨ ਕਾਲ ਸੱਤ ਹੈ ਇਹ ਯੁਗੋ ਯੁਗ ਟਲ ਹੈ ਵੀ ਹੋਵਨ ਹਾਰਾ ਕੰਠ ਲਗਾਏ ਗਾਣੋ ਆਖੇ ਕਰੋ ਸੇਵਾ ਹੱਥ ਜੋੜੋ ਗੁਰੂ ਸਾਹਿਬ ਨਾਲ ਬੇਨਤੀ ਕਰੋ ਗੁਰੂ ਫੜ ਕੇ ਮਾਂ ਆਪਣੇ ਸਿੱਖ ਨੂੰ ਕਰ ਲੈਂਦਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੇ ਜਨ ਪਰ ਇਹ ਗੱਲ ਆਪਣੇ ਜਨ ਰਾਖੇ ਪ੍ਰਭ ਹੈ ਵੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਚੰਬੇ ਦੀ ਸੋਭਾ ਹੈ ਅਚਰਜ ਦੀ ਸੋਭਾ ਹੈ ਕਹਿਣ ਸੁਣਨ ਤੋਂ ਬਾਹਰ ਲਿਖਣ ਤੋਂ ਬਾਹਰ ਹੈ ਮੰਨੇ ਦੀ ਗੱਲ ਇਹਨਾਂ ਨੇ ਮੰਨਿਆ ਬਾਬਾ ਨਾਮ ਸਿੰਘ ਨੇ ਮੰਨਿਆ ਮੰਨੇ ਦੀ ਗੱਲ ਕਹੀ ਨਾ ਜਾਏ ਜੇ ਕੋ ਕਹੇ ਪਿੱਛਾ ਬੈਠਾ ਕਾਗਜ਼ ਕਲਮ ਨਾ ਲਿਖਣ ਹਾਰ ਆ ਨਕਸ਼ਾ ਤੁਹਾਡੇ ਸਾਹਮਣੇ ਬੈਠੇ ਇਹਦੇ ਕਾਗਜ਼ ਲਈ ਬੈਠੇ ਆ ਕਲਮਾਂ ਲਈ ਬੈਠੇ ਆ ਹੋਰ ਬਹੁਤ ਖੂਨ ਦੇ ਨਾਲ ਹਜ਼ੂਰ ਕਹਿੰਦੇ ਪਾਤਸ਼ਾਹ ਕਾਗਜ਼ ਕਲਮ ਨਾ ਲਿਖ
ਕਢਾਰ ਮੰਨੇ ਕੀ ਗੱਲ ਕਹੀ ਨਾ ਜਾਏ। ਕਾਗਲ ਕਰਮਾਂ ਦੇ ਕਢਾਰ ਮੰਨਾ ਕਾਗਲ ਕਰਮ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਰ ਜਾਣ ਜੇ ਕਦੇ ਮਰ ਮਰ ਜੇ ਨਿਰੰਜਨ ਦਾ ਅਰਥ ਬਣਦਾ ਪਿਓਰ ਨਾਮ ਜਪੜਾ ਤੇ ਜਪਾਉਣਾ ਨਿਰਾ ਜਾਣਾ ਹੋਰ ਕੋਈ ਕੰਮ ਨੀ ਉਹਨੂੰ ਹੋਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਜੇ ਕੋਈ ਮਨ ਮਨ ਮੈਂ ਪਹਿਲਾਂ ਤਾਂ ਸਾਰਿਆਂ ਦੀ ਜਾਣ ਦਾ ਆਪਣੇ ਬੈਠੇ ਕੋਈ ਹੈ ਹੀ ਨਹੀਂ ਇਹੋ ਜਿਹਾ ਜੇ ਕੋ ਮਨ ਜਾਣਾ ਮਨ ਕੋਈ ਇਹ ਬਚਤ ਕੀਤਾ ਸਤਿਗੁਰ ਕਹਿੰਦੇ ਭਾਈ ਪਿਆਸਿਆ ਮੇਰੇ ਨਾਲ ਗੱਲਾਂ ਹੋ ਗਈਆਂ ਕਿ ਨਹੀਂ ਹੋ ਗਈਆਂ ਭਾਈ ਪਿਆਸ ਨੇ ਕਹਿ ਜ਼ਰੂਰ ਹਾਂ ਆਪ ਜੀ ਨਾਲ ਗੱਲਾਂ ਹੋ ਗਈਆਂ ਪਰ ਹਜੇ ਵੀ ਸ਼ੱਕ ਹੈ ਕਿਹੜੀ ਪਾਤਸ਼ਾਹ ਜੀ ਦਾ ਸੀਤ ਪੁੱਛਾ ਛਕਾਉਂਦਾ ਸੀ ਉਹ ਕਿੱਥੋਂ ਸ਼ੱਕ ਗੁਰੂ ਜੀ ਕਹਿੰਦੇ ਜਿਵੇਂ ਪ੍ਰਸ਼ਾਦਾ ਮੇਰੇ ਮੂਹਰੇ ਧਰਦਾ ਸੀ ਕਪਾਲ ਘੰਟਾ ਕਰਕੇ ਭੋਗ ਲਾਉਂਦਾ ਸੀ ਤੇ ਕੋਲੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕਰਦਾ ਸੀ ਇਸ ਗੁਰੂ ਗ੍ਰੰਥ ਸਾਹਿਬ ਮੂਹਰੇ ਪ੍ਰਸ਼ਾਦਾ ਰੱਖੀ ਥਾਲ ਭੋਗ ਲਵਾਈ ਭੋਗ ਲਵਾਈ ਤੇ ਕਿਰਪਾਲ ਘੰਟਾ ਕਰੀ ਨੰਦ ਸਾਹਿਬ ਛੇ ਪੌੜੀਆਂ ਪੜ੍ਹੀ ਲਿਖਿਆ ਹੋਇਆ ਪੋਤੀ ਹੈ ਆਨੰਦ ਸਾਹਿਬ ਦਾ ਪਾਠ ਕਰੀ ਥਾਲ ਵੀ ਤੈਨੂੰ ਮਦਾਵਣੀ ਦਾ ਸ਼ਬਦ ਪੜ੍ਹੀ ਤੇਰਾ ਕੀਤਾ ਜਾ ਤੋ ਨਾ ਹੀ ਪੜ੍ਹੀ ਪੜ੍ਹ ਕੇ ਟਕਾ ਕਰਕੇ ਤੱਤਾ ਠੰਡਾ ਵੇਖ ਕੇ ਤੇ ਥਾਲ ਰੱਖਦੀ ਸਾਡੇ ਗੁਰੂ ਗ੍ਰੰਥ ਸਾਹਿਬ ਮੂਹਰੇ ਤੇ ਤੂੰ ਬੈਠ ਕੇ ਜਪਜੀ ਸਾਹਿਬ ਸ਼ੁਰੂ ਕਰਦੀ ਜਦੋਂ ਜਪਜੀ ਸਾਹਿਬ ਸਪੂਰਨ ਹੋ ਗਿਆ ਨਾ ਤੇ ਪਾਠ ਇੱਥੇ ਪਹੁੰਚਿਆ ਘੜੀਏ ਸਤਿ ਸੱਚੀ ਟਕਸਾਲ ਜਿਨ ਕੋ ਨਗਰ ਕਰਮ ਤਨਕਾਰ ਨਾਨਕ ਨਗਰੀ ਨਗਰ ਨਿਹਾਲ ਕਹਿੰਦੇ ਉਦੋਂ ਤੂੰ ਅੰਦਰ ਆਣ ਕੇ ਪੜਦਾ ਜਾ ਕੇ ਜਦੋਂ ਤੂੰ ਮੱਥਾ ਟੇਕੇਗਾ ਅਸੀਂ ਤੈਨੂੰ ਪ੍ਰਸ਼ਾਦਾ ਛਕ ਦਿਆਂਗੇ ਦਰਸ਼ਨ ਹੋਣਗੇ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਮੂਰਤ ਆਖਿਓ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਆ ਬੈਠੇ ਪਰ ਲੋਕ ਸੁਣਿਓ ਬੈਠ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਅਕਾਲ ਮੁਕਾਓ ਗੁਰੂ ਨਾਨਕ ਸਾਹਿਬ ਵਾਹਿਗੁਰੂ ਪੰਥ ਚਲਾਇਆ ਇਹ ਗੁਰੂ ਜੀ ਨੇ ਵਚਨ ਕੀਤਾ ਸਮੇਂ ਦੀ ਸੋਚ ਹੈ ਸਤਿਗੁਰਾਂ ਨੇ ਇੱਕ ਵਚਨ ਹੋਰ ਕੀਤਾ ਭਾਈ ਵਿਆਸ ਨੇ ਆਖਿਆ ਜਿੱਥੇ 350 ਹੈ ਤਕਰੀਬਨ ਤੇ ਦੱਖਣ ਦਿਸ਼ਾ ਮੁਸਲਮਾਨੀ ਰਾਜ ਤੇ ਕਿਰਪਾ ਕਰੋ ਤੁਸੀਂ ਬਚਨ ਕੀਤਾ ਆ ਗਿਆ ਭਈ ਉਕਾਲ ਕੀ ਕਵੀ ਚਲਾਇਓ ਪੰਥ ਸਾਹਿਬ ਸਿੱਖਣ ਕੋ ਹੁਕਮੈ ਗੁਰੂ ਮੰਨਿਓ ਗ੍ਰੰਥ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੀ ਦੇ ਪਾਤਸ਼ਾਹ ਇਹ ਫਿਰ ਸਾਰੇ ਸੰਸਾਰ ਉੱਤਰ ਦੱਖਣ ਪੂਰਬ ਪੱਛਮ ਵਿੱਚ ਇਹ ਗੁਰੂ ਗ੍ਰੰਥ ਪ੍ਰਗਟ ਕਿਵੇਂ ਹੋਵੇਗਾ? ਸਤਿਗੁਰ ਕਹਿੰਦੇ ਭਾਈ ਦਿਆਲ ਸਿੰਘ ਰਾਮ ਸਿੰਘ ਕੂਕਾ ਅਤਰ ਸਿੰਘ ਸੂਰਾ ਨੰਦ ਸਿੰਘ ਪੂਰਾ ਨੰਦ ਸਿੰਘ ਆਦਿ ਪੰਥ ਲਾਜ ਦੀ ਸਾਜੀ ਸਿੱਖੀ ਦੇ ਤਿੰਨ ਡਾਣੇ ਫੁੱਟਣਗੇ ਇਹ ਸੰਤ ਖਾਲਸਾ ਹੋਣਗੇ ਇਕੱਲੇ ਨਹੀਂ ਤੁਰੇ ਫਿਰਨਗੇ ਨਾਲ ਪੰਥ ਨੂੰ ਖਾਲਸੇ ਨੂੰ ਨਾਲ ਲੈ ਕੇ ਤੁਰਨਗੇ ਪੰਜ ਪਿਆਰੇ ਨਾਲ ਲੈ ਕੇ ਪਿੰਡਾਂ ਵਿੱਚ ਇਸ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਬੈਠਣਗੇ ਬਲਕਿ ਭੁੰਜੇ ਬੈਠਣਗੇ ਬਲਕਿ ਬੋਲੇ ਬਣ ਕੇ ਸੇਵਾ ਕਰਨਗੇ ਬਾਬਾ ਜੀ ਨੇ ਕਮਾਲ ਹੀ ਕਰਤੀ ਨੀਵੇਂ ਤਾਂ ਟੋਆ ਪੱਟ ਕੇ ਬੈਠੇ ਸਾਰੀ ਉਮਰ ਬਾਬਾ ਨੰਦ ਸਿੰਘ ਮਹਾਰਾਜ ਜੀ ਇੱਕ ਵਾਰੀ ਬਾਬਾ ਜੀ ਡਾਕਟਰ ਆ ਗਏ ਸੀ ਮਗਲੇ ਪਾਸੇ ਬਹਿ ਗਏ ਆਣ ਕੇ ਨਾਨਕ ਸਾਹਿਬ ਦਾ ਜ਼ਿਕਰ ਤੇ ਬਾਬਾ ਜੀ ਦੁਆਰ ਚ ਬੈਠੇ ਉਹਨਾਂ ਨੇ ਆਖਿਆ ਸੰਤਾਂ ਦੇ ਮਗਲ ਬਹਿ ਜਾ ਦੂਰ ਕਿਸੇ ਨੂੰ ਕੀ ਪਤਾ ਚਾਰ ਜਾਣੇ ਆ ਗਏ ਸੀ ਤੰਬੇ ਬੰਨੇ ਸੀ ਲੜ ਛੱਡੇ ਸੀ ਦਾੜੀਆਂ ਮੁੱਠ ਤੱਕ ਵੰਡੀਆਂ ਸੀ ਤੇ ਬਾਬਾ ਜੀ ਬਰਾਬਰ ਲਗੀ ਸੀ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜਦੋਂ ਬਚਨ ਕਰਨ ਲੱਗੇ ਬਚਨ ਕਰਦਿਆਂ ਕਰਦਿਆਂ ਭਾਈ ਅੱਜ ਗੁਰੂ ਨਾਨਕ ਦੀ ਮਿਹਰ ਤਾਂ ਮੀਂਹ ਪੈਂਦਾ ਇਉਂ ਆ ਕੇ ਜਿਹੜੇ ਭਾਂਡੇ ਵਿਹੜੇ ਵਿੱਚ ਸਿੱਧੇ ਪਏ ਉਹ ਆਪੇ ਭਰ ਜਾਣੇ ਜਿਹੜੇ ਭਾਈ ਭਾਂਡੇ ਪੁੱਠੇ ਪਏ ਆ ਉਹਨਾਂ ਨੇ ਆਪੇ ਖਾਲੀ ਰਹਿ ਜਾਣੇ ਅੱਜ ਦਾ ਬਖਸ਼ਿਆ ਹੋਇਆ ਬਾਬਾ ਜੀ ਕਹਿੰਦੇ ਕੋਈ ਤੁਹਾਨੂੰ ਦੁਨੀਆਂ ਦੇ ਧੱਕਣ ਵਾਲਾ ਨਹੀਂ ਜੰਮਿਆ ਤੇ ਜੇ ਅੱਜ ਦਾ ਲੱਗ ਗਿਆ ਧੱਕਾ ਨਾ ਬਾਬਾ ਨਾਨਕ ਸਿੰਘ ਕਹਿੰਦੇ ਤੁਹਾਨੂੰ ਕਿਸੇ ਨੇ ਵੰਸ਼ਣਾ ਨਹੀਂ ਆਉਂਦਾ ਤੇ ਜਿਹੜੇ ਬਾਬਾ ਜੀ ਕਹਿੰਦੇ ਭਾਂਡੇ ਖਾਲੀ ਰਹਿ ਗਏ ਉਹਨਾਂ ਨੂੰ ਕਿਸੇ ਨੇ ਭਰਨਾ ਨਹੀਂ ਅੱਜ ਸਮਾਂ ਹੈ ਭਲੀ ਪਾਂਤ ਬਾਬਾ ਜੀ ਕਹਿੰਦੇ ਮਗਰਲੇ ਪਾਸੇ ਚਾਰ ਚੋਰ ਬੈਠੇ ਮਗਰਲੇ ਪਾਸੇ ਆਲਮ ਮਗਰ ਚਾਰ ਚੋਰ ਬੈਠੇ ਸੇਵਾ ਕਰਨ ਕਰੀ ਕਿੱਥੇ ਬੈਠੇ ਬਾਬਾ ਜੀ ਕਹਿੰਦੇ ਹਰ ਮਗਰ ਬੈਠੇ ਬਾਬਾ ਜੀ ਕਹਿੰਦੇ ਬੋਸ਼ਕੀ ਦੇ ਪਜਾਮੇ ਬੋਸ਼ਕੀ ਦੇ ਚਾਦਰੇ ਬੰਨੇ ਧੂਵੇ ਲੰਮੇ ਲੰਮੇ ਲੜ ਛੱਡੇ ਆ ਹੱਥ ਚ ਟੋਕੇ ਆ ਖਾਤ ਕੱਢੇ ਹੋਏ ਆ ਤੇ ਬਾਬਾ ਜੀ ਕਹਿੰਦੇ ਪਾਸ਼ ਕਮੜੀਆਂ ਜੀਆਂ ਪੱਗਾਂ ਬੰਨੀਆਂ ਮਗਰਲੇ ਪਾਸੇ ਬੈਠੇ ਉਹਨਾਂ ਨੇ ਆਖਿਆ ਸੰਤ ਦੀ ਕਹੀ ਜਾਂਦੇ ਆ ਬਾਬਾ ਜੀ ਕਹਿੰਦੇ ਮੈਨੂੰ ਤਾਂ ਕੋਈ ਪਤਾ ਨਹੀਂ ਬਾਬਾ ਜੀ ਕਹਿੰਦੇ ਐ ਟਾਈਮ ਮੇਰਾ ਮੁੱਖ ਗੁਰੂ ਨਾਨਕ ਵੱਲ ਹੈ ਬਾਬਾ ਜੀ ਕਹਿੰਦੇ ਮੈਨੂੰ ਗੁਰੂ ਨਾਨਕ ਸਾਹਿਬ ਇਸ਼ਾਰਾ ਕਰਦੇ ਵੀ ਸਾਨੂੰ ਉਹ ਦਿਸਦੇ ਆ ਜੀ ਆ ਜਾਣ ਤਾਂ ਚੰਗੀ ਗੱਲ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਆ ਬਾਬਾ ਜੀ ਕਹਿੰਦੇ ਮੇਰੀ ਤਾਂ ਉਹਨਾਂ ਵੱਲ ਪਿੱਠ ਹੈ ਪਰ ਗੁਰੂ ਨਾਨਕ ਦਾ ਉਹਨਾਂ ਵੱਲ ਮੂੰਹ ਹੈ ਵੀ ਅੱਜ ਬਖਸ਼ੇ ਜਾਣਗੇ ਬਾਬਾ ਜੀ ਨੇ ਬਹੁਤ ਜ਼ੋਰ ਲਾ ਗਿਆ ਤੇ ਮਹਾਂਪੁਰਖਾਂ ਦੇ ਵਚਨ ਵਿੱਚ ਵਜਨ ਹੁੰਦਾ ਹੈ ਪਾਵਰ ਹੁੰਦੀ ਪਾਵਰ ਕਮਾਈ ਵਾਲੇ ਜਿਹੜੇ ਹੁੰਦੇ ਆ ਕਿਉਂ ਗੁਰਮਾਨ ਜੀ ਗੁਰਮਾਨ ਕਰਦੇ ਨਾਮ ਕੀ ਮਹਿਮਾ ਸੰਤ ਰਿਗਵਸ ਸੰਤ ਪ੍ਰਤਾਪ
ਸੰਤੀ ਦਾ ਬੋਲਦਾ ਨਾ ਉਹਦਾ ਪ੍ਰਤਾਪ ਹੁੰਦਾ। ਸੰਤ ਕਹਿੰਦਾ ਜਿਹਦਾ ਪ੍ਰਤਾਪ ਹੀ ਹੈ ਜੀ, ਉਹ ਪ੍ਰਤਾਪ ਹੀ ਬ੍ਰਹਮ ਗਿਆਨੀ। ਗੁਰਮੁਖ ਨੂੰ ਉੱਠ ਕੇ ਆਉਣਾ ਪਿਆ, ਜਾ ਰਹੇ ਆ ਗਏ। ਕਹਿੰਦੇ ਜੀ ਅੱਗੇ ਕਹਿੰਦੇ ਜੀ ਅਸੀਂ ਪਹਿਲੀ ਵਾਰ ਆਏ। ਬਾਬਾ ਜੀ ਕਹਿੰਦੇ ਚੰਗਾ ਰੱਬ ਕੀ ਚਾਹੁੰਦੇ ਆ? ਕਹਿੰਦੇ ਜੀ ਬਖਸ਼ ਲਓ। ਬਾਬਾ ਜੀ ਕਹਿੰਦੇ ਬਖਸ਼ਾਂ ਦੇ ਜਾਂ ਜੇ ਗਾਹ ਨੂੰ ਗਲਤੀ ਨਹੀਂ ਕਰਦੀ। ਉਹ ਕਹਿੰਦੇ ਜੀ ਗਾਹ ਨੂੰ ਨਹੀਂ ਕਰਦੇ ਗਲਤੀ। ਬਾਬਾ ਜੀ ਕਹਿੰਦੇ ਮੈਨੂੰ ਨਾ ਮੱਥਾ ਟੇਕੋ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ। ਬਾਬਾ ਜੀ ਕਹਿੰਦੇ ਅੱਗੇ ਬਹੁਤ ਚੋਰੀਆਂ ਕੀਤੀਆਂ, ਬਹੁਤ ਡਾਕੇ ਕੀਤੇ, ਤੁਹਾਡੇ ਪਿਓ ਨੇ ਵੀ ਬਾਬੇ ਨੇ ਵੀ। ਪਰ ਬਾਬਾ ਨਾਨਕ ਕਹਿੰਦੇ ਤੁਸੀਂ ਦਰਤੇ ਆ ਗਏ ਆ। ਬਾਬਾ ਜੀ ਕਹਿੰਦੇ ਅੱਜ ਅਸੀਂ ਤੁਹਾਡੇ ਬਟੋਲੇ ਵੜ ਜਾਂਦੇ ਆ ਤੇ ਤੁਹਾਡੀਆਂ ਕੁਲਾਂ ਤਰ ਜਾਣਗੀਆਂ ਜੀ। ਅੱਜ ਤੁਹਾਡੀਆਂ ਕੁਲਾਂ ਤਰ ਜਾਣਗੀਆਂ। ਇਹ ਐਸਾ ਦਰਬਾਰ ਆਪਣੇ ਬਾਬਾ ਜੀ ਦਾ ਤੋ ਆਓ, ਬਹੁਤ ਵੱਡੇ ਭਾਗਾਂ ਵਾਲੇ ਆ। ਸੋ ਬਾਬਾ ਜੀ ਨੇ ਕਿਰਪਾ ਕੀਤੀ ਹੈ, ਪ੍ਰਗਟ ਗੁਰਾਂ ਕਿਵੇ ਦਾ ਪ੍ਰਚਾਰ ਸ੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਬਾਬਾ ਜੀ ਦੀ ਤਲੀ ਤੇ ਰੱਖਿਆ। ਬਾਬਾ ਜੀ ਨੇ 4 ਸਾਲ ਹਜ਼ੂਰ ਸਾਹਿਬ ਸੇਵਾ ਕੀਤੀ, ਤਾਂ ਸੰਗਤ ਬੈਠੀ ਸਾਰੀ। ਇਹ ਖਾਲਸਾ ਸੰਗਤ ਹੈ ਸਾਰੀ, ਮਲੇਸ਼ ਖਾਲਸਾ ਨਹੀਂ ਹੈ, ਮਿਲਾਵਟ ਵਾਲੀ। ਤੇ ਮਹਾਂਪੁਰਖ ਵਚਨ ਕਰਦੇ ਜੀ ਬੜੀ ਸ਼ਾਂਤੀ ਹੈ। ਮੈਂ ਕੌਣ? ਬਾਬਾ ਜੀ ਮੇਹਰ। ਬਾਬਾ ਨਾਨਕ ਸਿੰਘ ਮਹਾਰਾਜ ਚੁਣੀਆਂ ਦਵਾ ਸੀ, ਚੁਣੀਆਂ ਤੇ ਕਿਸੇ ਨੇ ਚਿੱਠੀਆਂ ਭਾਤੀਆਂ ਨੀ ਬਾਬੇ ਦੇ ਨਾਂ ਤੇ। ਤੇ ਮੱਸਿਆ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਪਰਿਕਰਮਾ ਤੇ ਬਾਬਾ ਨਾਨਕ ਸਿੰਘ ਨੇ ਸਰੀਰ ਛੱਡਣਾ, ਕਿਸੇ ਨੇ ਚਿੱਠੀਆਂ ਭਾਤੀਆਂ ਤੇ ਬਾਬਾ ਜੀ ਨੇ ਚੁਣੀਆਂ ਚੁਣੀਆਂ ਤੇ ਸੰਗਤਾਂ ਨੇ ਆਖਿਆ ਲਾਹਾ ਲੈ ਲਈਏ। ਕਦੋਂ ਮੱਸਿਆ ਆਈ? ਹਜੇ ਪੂਰਨਮਾਸ਼ੀ ਆਉਣੀ ਹੈ। ਸੰਗਤਾਂ ਨੇ ਬਹੀਰਾ ਕੱਟਦੀਆਂ, ਬਹੀਰਾ ਜਦੋਂ ਬਹੀਰਾ ਕੱਟਿਆ ਤੇ ਬਾਬਾ ਜੀ ਕਹਿਣ ਲੱਗੇ ਪਾਤਸ਼ਾਹ ਕੀ ਗੱਲ ਸੰਗਤ ਬਹੁਤ ਹੈ? ਕਹਿੰਦੇ ਕਹਿੰਦੇ ਕਿੰਨੀਆਂ ਚਿੱਠੀਆਂ ਪਾਈ ਬੈਠੇ ਵੀ ਸੰਗਤਾਂ ਨੇ ਮੱਸਿਆ ਨੂੰ ਸਰੀਰ ਛੱਡਣਾ ਹੈ ਤੇ ਸ੍ਰੀ ਅੰਮ੍ਰਿਤਸਰ ਪਰਿਕਰਮਾ ਦੇ ਤੇ ਬਾਬਾ ਜੀ ਕਿਸੇ ਨੇ ਸ਼ਰਾਰਤ ਕੀਤੀ। ਸੇਵਾਦਾਰ ਕਹਿੰਦੇ ਜੀ ਕੋਈ ਮਹਾਪਾਪੀ? ਬਾਬਾ ਜੀ ਕਹਿੰਦੇ ਨਹੀਂ ਪਾਪੀ ਨਹੀਂ ਹੈ। ਬਾਬਾ ਜੀ ਕਹਿੰਦੇ ਕਰਮਾਂ ਵਾਲਾ ਹੈ। ਬਾਬਾ ਜੀ ਚਿੱਠੀ ਪਾਉਣੀ ਨਹੀਂ, ਗੱਡੀ ਭੇਜਣੀ ਨਹੀਂ, ਫੋਨ ਕਰਨਾ ਨਹੀਂ, ਸੰਗਤ ਵੱਧ ਤੋਂ ਵੱਧ ਆਵੇ। ਸਾਡਾ ਲਾਸਟ ਸਮਾਂ ਹੈ ਬਾਬਾ ਜੀ ਕਹਿੰਦੇ, ਥੋੜਾ ਸਮਾਂ ਹੈ। ਬਾਬਾ ਜੀ ਕਹਿੰਦੇ ਤਾਂ ਕਰਮਾਂ ਵਾਲਾ ਲਾਹਾ ਲੈ ਗਿਆ। ਹਰ ਸੱਜਣ ਸਲਾਮੀ ਕੋਲ ਨਹੀਂ ਮੇਰੇ ਵਰਗਾ ਗੱਲ ਧੌਣਗੇ ਜੀ। ਵੇਖੋ ਬਾਬਾ ਜੀ ਨੇ, ਬਾਬਾ ਜੀ ਕਹਿੰਦੇ ਬਹੁਤ ਕਰਮਾਂ ਵਾਲਾ ਐਨੀ ਸੰਗਤ ਦੇ ਉਹਨੂੰ ਬਾਬਾ ਜੀ ਕਹਿੰਦੇ ਸੀਸਾਂ ਹੀ ਲੱਗ ਜਾਣਗੀਆਂ। ਕਿਉਂ ਆਖਿਆ? ਤੇ ਬਾਬਾ ਜੀ ਕਹਿੰਦੇ ਐਵੇਂ ਘਬਰਾਇਆ ਪਿਆ ਹਜੇ ਤਾਂ। ਬਾਬਾ ਜੀ ਕਹਿੰਦੇ 19 ਬਾਬਾ ਜੀ ਕਹਿੰਦੇ ਕੋਈ ਮਹਾਂਪੁਰਖ ਨਹੀਂ ਕਹਿ ਸਕਦੇ।
ਬਾਬਾ ਜੀ ਕਹਿੰਦਾ ਮੁੰਨੀ ਹੈ, ਇੱਕੀ ਕਰਨ ਵਾਲਾ ਸੱਤ ਵਾਲ ਆ ਰਿਹਾ, ਸੱਤ ਵਾਲ ਆ ਰਿਹਾ। ਕੋਈ ਆਉਂਦਾ ਕਹੇ ਬਾਬਾ ਨਰਸਿੰਘ ਦਾ ਉਤਰਾ। ਬਾਬਾ ਜੀ ਕਹਿੰਦੇ ਅਸੀਂ ਸੌਤਰੀ ਆ, ਪੁੱਤ ਪੋਤਿਆਂ ਵਾਲੇ ਆ। ਬਾਬਾ ਜੀ ਕਹਿੰਦੇ ਰਹਿੰਦੀ ਦੁਨੀਆ ਤਾਈ, ਰਾਵਣ ਦਾ ਦੀਵਾ ਬੁੱਲ ਹੋ ਗਿਆ ਸੀ, ਸਾਡੇ ਘਰ ਦਾ ਦੀਵਾ ਰਹਿੰਦੀ ਦੁਨੀਆ ਤਾਈ ਜਗਦਾ ਰਹੇਗਾ। ਤਨ ਤਨ ਬਾਬਾ ਜੀ ਸਮਾਨ ਕਹਿੰਦਾ ਪਾਸ਼ਾ ਕੱਠ ਹਾੜੀ ਲਾ ਲਿਆ। ਬਾਬਾ ਦਾਦਸ ਦੀ ਵਾਸੀ ਦਿਹਾੜੀ। ਬਾਬਾ ਜੀ ਕਹਿੰਦੇ ਘਬਰਾਇਆ ਪਿਆ, ਇਹ ਤਾਂ ਸਿਰ ਚ ਪੂਣੀ ਨੀ ਕੱਤੀ, ਇਹਦਾ ਸੰਗ ਸਾਰੀ ਬਾਬਿਆਂ ਜੀ ਦੀ ਹੈ, ਉਹਨਾਂ ਦਾ ਵਰ ਹੋਇਆ। ਕੀ ਵਰ ਹੋਇਆ? ਵੱਡੇ ਬਾਬਾ ਜੀ ਕਹਿੰਦੇ ਉੱਨੀ ਹੈ, ਇੱਕੀ ਕਰਨ ਵਾਲਾ ਆ ਰਿਹਾ, ਮੇਰੇ ਤੋਂ ਕੋਈ ਪਾਵਰ ਨੀ, ਇਹਦਾ ਬਾਬਾ ਜੀ ਨੇ ਇੱਕੀ ਕੀਤਾ। ਕਹਿੰਦੇ ਪਾਤਸ਼ਾਹ ਕਿਰਪਾ ਕਰੋ। ਬਾਬਾ ਜੀ ਕਹਿੰਦੇ ਹੁਣ ਇਕੱਤੀ ਕਰਨ ਵਾਲਾ ਵੀ ਆ ਰਿਹਾ। ਨਹੀਂ ਆਇਆ ਗਿਆ, ਸਾਧੂ ਤੁਰ ਗਿਆ, ਬਸ ਚੇਲੇ ਤੁਰ ਗਏ, ਬਸ ਬਾਬਾ ਜੀ ਦੀ ਗੱਡੀ ਮੇਰ ਹੈ। ਪ੍ਰੇਮ ਤੇਰੇ ਦੀਆਂ ਲਹਿਰਾਂ ਬਾਬਾ ਨੰਦ ਸਿੰਘ ਟਾਟਾ ਮਾਰਦੀਆਂ, ਪ੍ਰੇਮ ਤੇਰੇ ਦੀਆਂ ਲਹਿਰਾਂ ਬਾਬਾ ਨੰਦ ਸਿੰਘ ਟਾਟਾ ਠਾਟਾ ਮਾਰਨੀ।
ਨਿਗਾਹ ਜਾਂਦੀ ਉੱਥੇ ਤੇ ਕਦੀ ਸੰਤਾਂ ਦੇ ਗੱਡੇ ਗੱਡੇ ਹੁੰਦੇ ਨੇ। ਬਾਬਾ ਜੀ ਨੇ ਹੋਰ ਕੁਛ ਨੀ ਵੇਖਿਆ, ਇਹ ਹੋਰ ਨੀ ਗੱਲ ਵੇਖੀ। ਬਾਬਾ ਜੀ ਕਹਿੰਦੇ ਆਏ ਗੱਲ ਕੀ ਟਾਈਮ ਹੈ ਜੀ, ਕਹਿੰਦੇ ਆਰ ਨੇ ਕੁਝ। ਬਾਬਾ ਜੀ ਕਹਿੰਦੇ ਆਏ ਗੱਲ ਸੰਗਤ ਨੂੰ ਉੱਤੋਂ ਦੀ ਵਿਚਾਰ ਦੀ ਗੇੜਾ ਲਾ ਕੇ ਛੇਤੀ ਹੋਣੀ ਸਤ ਵਜੇ ਨਾ ਪੜ੍ਹੇ ਰੱਖੋ ਕੀ ਹੁੰਦੀ। ਹਜ਼ੂਰ ਦੇ ਕੋਲ ਆਇਆ ਨੇ ਮਹਾਰਾਜ ਜੀ। ਬਾਬਾ ਜੀ ਕਹਿੰਦੇ ਕੀ ਵੇਖਿਆ, ਕਹਿਣ ਲੱਗੇ ਅੱਜ ਬਹੁਤ ਹੁੰਦੀ ਹੈ ਕੀ ਵੇਖਿਆ। ਕਹਿਣ ਲੱਗਾ ਬਾਬਾ ਜੀ ਇੱਕ ਤਾਂ ਕੋਈ ਸੁਸਤਾ ਨਹੀਂ ਗਿਆ, ਇੱਕ ਸੁਜਾਨ ਸਿੰਘ ਧਾਰਨਾ ਪੜ੍ਹਦੇ ਆ ਕੀਰਤਨ ਕਰਦੇ ਆ ਤੇ ਸਾਰਿਆਂ ਦੀ ਰਸਨਾ ਵਿੱਚੋਂ ਆਵਾਜ਼ ਆ ਰਹੀ ਹੈ ਗੁਰਮਾਰਕ ਕੀ ਬਣਿਆ, ਸਾਰਿਆਂ ਦੀ ਰਸਨਾ ਬੋਲ ਰਹੀ ਹੈ। ਵਿਆਹ ਆ ਕੇ ਦੋ ਕੋਈ ਸੁਣਦਾ ਨਹੀਂ ਪਿਆ, ਕੋਈ ਤੁਰਿਆ ਨਹੀਂ ਫਿਰਦਾ, ਵਿਆਹ ਆ ਕੇ ਤੇ ਬਾਬਾ ਜੀ ਕੋਈ ਪਹਿਰਾ ਨਹੀਂ ਪਹਿਰਾ ਤੇ ਇੱਕ ਬੱਚੇ ਨੂੰ ਸਰਕਾਰੀ ਮੁਲਾਜ਼ਮ ਦਾ ਕੋਈ ਪਹਿਰਾ ਨਹੀਂ ਸਰਕਾਰੀ ਮੁਲਾਜ਼ਮ ਤੇ ਬਾਬਾ ਜੀ ਇੱਕ ਬੱਚੇ ਨੂੰ ਸ਼ਾਂਤੀ ਹੱਦ ਤੋਂ ਵੱਧ ਐ ਲੱਗਦਾ ਜਿਵੇਂ ਕੋਈ ਹੁੰਦਾ ਹੀ ਨਹੀਂ ਤੇ ਨਿਗਾਹ ਆ ਪੈਂਦੀ ਵੀ ਹੋ ਦੂਰ ਤੱਕ। ਬਾਬਾ ਜੀ ਕਹਿੰਦੇ ਇਸ ਵੱਲ ਤੂੰ ਸਾਨੂੰ ਪੁੱਛ ਵੀ ਇਹ ਪੰਜ ਗੱਲਾਂ ਦਾ ਕੱਟ ਕੇ ਪੰਜ ਗੱਲਾਂ ਦਾ ਮੇਲ ਕਿਵੇਂ ਹੋਇਆ। ਸੰਗਤ ਬੈਠੀ ਅੱਧੀ ਰਾਤ ਕੀਰਤਨ ਵਿੱਚ ਬੋਲਦੀ ਆ, ਸਮਾਧੀ ਲਾ ਕੇ ਬੈਠੇ ਆ, ਕੋਈ ਸੁੱਕਾ ਨਹੀਂ ਹੈ। ਅਨੰਤ ਸਾਹਿਬ ਜਾਣ 9 ਵਜੇ ਨੂੰ ਪੈ ਜਾਈਏ ਵੀ ਪੈਣਾ ਨੇ ਘਰੇ ਪੈ ਜਾ ਤਾਂ ਕੀ ਫਾਇਦਾ ਹੋਇਆ। ਇਉਂ ਆਖਿਆ ਬਾਬਾ ਜੀ ਕੋਈ ਪੁਲਿਸ ਦਾ ਪਹਿਰਾ ਨਹੀਂ ਤੇ ਬਾਬਾ ਜੀ ਕੋਈ ਤੁਰਿਆ ਨਹੀਂ ਫਿਰਦਾ, ਜਿੱਥੇ ਗੱਡੇ ਖੜੇ ਆ ਉੱਥੇ ਹੀ ਲੰਗਰ ਵਰਤੀ ਜਾਂਦਾ ਮਗਰ ਚਾਰ ਦੂਰ ਉੱਥੋਂ ਲੰਗਰ ਛਾ ਛਾ ਕੇ ਬੈਠੀ ਜਾਂਦੀ। ਇਉਂ ਆਖਿਆ ਤੇ ਬਾਬਾ ਜੀ ਐ ਸ਼ਾਂਤੀ ਨਾਲ ਬੈਠੇ ਪੰਜ ਗੱਲਾਂ। ਬਾਬਾ ਜੀ ਕਹਿੰਦੇ ਤੂੰ ਸਾਨੂੰ ਪੁੱਛ ਇਹ ਪੰਜ ਗੱਲਾਂ ਇਕੱਠੀਆਂ ਕਿਵੇਂ ਹੋਈਆਂ, ਕਹਿ ਲੈ ਕਿਰਪਾ ਕਰਕੇ ਸਮਰਥ ਪਾਸ਼ੋ ਪੰਜ ਗੱਲਾਂ ਕਿਵੇਂ ਇਕੱਠੀਆਂ ਹੋਣੀਆਂ। ਬਾਬਾ ਜੀ ਕਹਿੰਦੇ ਜਸਵੰਤ ਇਹ ਸੰਗਤ ਅੱਜ ਦੀ ਨਹੀਂ ਹੈ। ਬਾਬਾ ਜੀ ਕਹਿੰਦੇ ਸਾਡੇ ਨਾਲ ਭਗਵਾਨ ਰਾਮ ਚੰਦਰ ਮੌਕੇ ਦੀ ਸੰਗਤ ਪੂਰੀ ਆਉਂਦੀ ਹੈ, ਇਹ ਉਦੋਂ ਦੀ ਸੰਗਤ ਸਾਡੇ ਨਾਲ ਤੁਰੀ ਆਉਂਦੀ ਹੈ। ਦਸਵੇਂ ਪਾਤਸ਼ਾਹ ਨੇ ਫਰਮਾਨ ਕੀਤਾ ਨੰਦ ਸਿੰਘ ਆਦਿ, ਆਦਿ ਦਾ ਮਤਲਬ ਬਾਬਾ ਨੰਦ ਆਦਿ ਤੋਂ ਆ ਰਹੇ ਜਦੋਂ ਦੁਨੀਆਂ ਬਣੀ ਹੈ, ਭਗਵਾਨ ਰਾਮ ਚੰਦਰ ਪਹਿਲੇ ਅਵਤਾਰ ਹੋਏ ਆ, ਜਾਣੀ ਇਸ਼ਾਰਾ ਕਰਦੇ ਬਾਬਾ ਜੀ ਇਹ ਅੱਜ ਦੀ ਸੰਗਤ ਨਹੀਂ, ਇਹ ਆਹ ਸੰਗਤ ਅੱਜ ਦੀ ਨਹੀਂ ਹੈ, ਇਹ ਉਹਦਾ ਨਹੀਂ ਸੰਗਤ ਹੈ। ਜਿਹਨੂੰ ਆਖਿਆ ਧਨ 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 ਜਨ ਆਇਆ ਆਪਾਂ ਜਾਣ ਆ, ਸਾਰੇ ਜਨ ਹੁੰਦੇ ਆ ਜਿਹੜੇ ਕੋਲੇ ਬੈਠੇ ਹੁੰਦੇ ਆ ਮਾਂ ਦੇ ਤੇ ਪਿਓ ਦੇ, ਐਸੀ ਸੋਭਾ ਜਾਣੇਗੀ ਕੀ ਆਖਿਆ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ, ਜਨ ਆਵਨ ਕਹੇ ਸੁਆਓ ਜਨ ਕਾ ਸੰਗਤ ਤਾਵਾ ਨਾ ਆਪ ਮੁਗਤ। ਸਾਡਾ ਗੁਰੂ ਨਾਨਕ ਮੁਗਤ ਤੇ ਗੁਰੂ ਨਾਨਕ ਦੇ
ਕੀਰਤਨੀਏ, ਸੇਵਾ ਕਰਨ ਵਾਲੇ, ਗੋਲੇ ਸਾਰੇ ਮੁਕਤਾਪ ਮੁਕਤ ਮੁਕਤ ਕਰੇ ਸੰਸਾਰ ਹੈ ਨਾਨਕ ਤਿਸ ਜਨ ਕੋ ਸਦਾ। ਬਾਬਾ ਨਾਨਕ ਸਿੰਘ ਜੀ ਤੁਹਾਨੂੰ ਸਦਾ ਨਮਸਕਾਰ। ਇਹ ਮੁਕਤ ਹੈ, ਇਹ ਤੇ ਮਿਸਤਰੀ ਵੀ ਮੁਕਤ ਹੈ, ਪਾਠੀ ਵੀ ਮੁਕਤ ਹੈ, ਢਾਡੀ ਵੀ ਮੁਕਤ ਹੈ, ਮੁਕਤ ਹੈ, ਇਹਦੇ ਸਾਰਾ ਕੁਛ ਹੀ ਮੁਕਤ ਹੈ, ਇਹਦੇ ਪ੍ਰਸ਼ਾਦਾ ਵੀ ਮੁਕਤੀ ਹੈ, ਚਾਹ ਵੜਾ ਖੰਡ ਵੀ ਮੁਕਤੀ ਹੈ, ਸਰਜਾ ਸੀਮਿਟ ਵੀ ਮੁਕਤ ਹੈ, ਠੇਕੇਦਾਰ ਬੈਠੇ ਵੀ ਮੁਕਤੀ ਹੈ, ਮੁਕਤੀ ਹੈ, ਤੇ ਇਹਦੇ ਸਾਥ ਸੰਗ ਸਾਰਾ ਕੁਛ ਮੁਕਤ ਹੈ। ਤੇ ਜੇ ਮੈਨੂੰ ਨੀ ਆਉਂਦਾ ਗਿਆ, ਮੈਂ ਵੀ ਮੁਕਤੀ ਹਾਂ, ਮੁਕਤੀ ਹਾਂ। ਨਹੀਂ ਕਹਿੰਦੇ ਕਿਲੋਮੀਟਰ ਜਾਂਦਾ ਇੰਨੇ ਪੈਸੇ ਲੱਗਣਗੇ, ਹੁਣ ਤਾਂ ਮੈਂ ਥੋੜੇ ਲੜ ਪੈਂਦਾ ਵੀ ਘੱਟ ਦਿੱਤੇ ਆ ਤੁਸੀਂ, ਜਵਾਕ ਜਿੱਦਾਂ ਵੱਧ ਗਿਆ, ਇਸ ਕਰਕੇ ਆਓ ਭਾਗਾਂ ਵਾਲਿਆਂ ਤੇ ਕਰਮਾਂ ਨਾਲ ਸਮਾਂ ਮਿਲਿਆ, ਧਾਰਨਾ ਤਾਂ ਬਹੁਤ ਸੋਹਣੀ ਫੇਰ ਮਿਲਦੇ ਹੋਰ ਲਾ ਲਈਏ ਪ੍ਰੇਮ ਤੇਰੇ ਦੀਆਂ ਬਹੁਤ ਕਰਮਾਂ ਦਾ ਸਮਾਂ ਮਿਲਿਆ, ਕਿਤੇ ਧਰਮ ਨਾਲ ਵੀ ਜਾਂਦੇ ਹੀ ਜਾਂਦੇ ਹੋਰ ਕੁੰਭੀ ਨਾਲ ਨੇੜੇ ਵੀ ਆ ਜਾ, ਕਿਤੇ ਕੁੱਟਣ ਵੀ ਕਿਤੇ ਮੂੰਹ ਚੋਂ ਨਿਕਲ ਜੇ ਧੰਨ ਬਾਬਾ ਨਾਨਕ ਸਿੰਘ ਸੰਗਲ ਟੁੱਟ ਜਾਣਗੇ। ਮੈਂ ਮਾਣ ਕਰਕੇ ਗੁਰਗੱਦੀ ਤੇ ਮਾਣ ਕਰਕੇ ਬਚਨ ਕਰ, ਕੋਈ ਡਰਨੇ ਵੀ ਡਰੇ ਡਰੇ ਕਰ, ਆ ਕਈ ਹਾੜ ਦੇ ਗੁਰੂ ਮਾੜੇ ਹੁੰਦੇ ਹੁਣ ਮੁੜ ਪੱਟੀਆਂ ਦੀ ਸੰਗਤ ਕਰਦਾ ਹਾੜ ਤੁਹਾਨੂੰ ਵੀ ਬਣ ਜਾਣਾ, ਬੋਲਣਾ ਹੀ ਨਹੀਂ ਬੋਲਣਾ ਜੀ, ਜਾਨਵਰ ਦੀ ਸੰਗਤ ਕਰਦਾ ਹਾੜ ਤਾਂ ਆਪੇ ਬਣ ਜਾਣ ਜਦੋਂ ਨੇ ਬੋਲਣਾ ਜੀ, ਸਾਡਾ ਸੰਗਤ ਬੋਲਣ ਤੋਂ ਬਿਨਾਂ ਰਹਿੰਦਾ ਹੀ ਨਹੀਂ, ਇਹ ਸੰਗਤ ਹਾੜ ਕੱਠੇ ਆ ਗਿਆ, ਇਸ ਕਰਕੇ ਆਓ ਆਪਾਂ ਨੂੰ ਸਮਾਂ ਕਈ ਨਾ ਹੁੰਦੇ ਜੀ, ਹਾੜ ਤੁਹਾਨੂੰ ਬਣ ਜਾਣ ਜੇ ਖੁਰ ਕੀ ਜਾਣਾ ਸਾਰੀ ਰਾਤ, ਇਸ ਕਰਕੇ ਆਓ ਨਾਲ ਕਰੋ ਨਿਤਨੇਮ ਕਰੋ। ਇਸੇ ਤਰ੍ਹਾਂ ਬਾਬਾ ਜੀ ਕਿਰਪਾ ਕਰਨ, ਮੇਰੀ ਵੀ ਬਾਂਹ ਫੜ ਕੇ ਰੱਖਣ, ਤੁਹਾਡੀ ਵੀ ਰੱਖਣ, ਤੇ ਡਰਦੇ ਰਹਿੰਦਾ ਮਾਇਆ ਨਾ ਪਈ, ਇਸ ਕਰਕੇ ਆਪਣੀ ਮਾਇਆ ਨੂੰ ਬੋਲਦਾ ਗੁਰੂ ਨਾਨਕ ਸਾਨੂੰ ਸਾਰਿਆਂ ਨੂੰ ਚਰਨਾਂ ਨਾਲ ਵਾਓ, ਪਹਿਰਾ ਦਿਓ, ਕਮਾਈ ਕਰਾਂਗੇ, ਕੀ ਮਿਲੇਗਾ, ਇਹ ਲੋਕ ਸੁਖੀਏ ਪਰ ਲੋਕ ਸੇਲੇ ਨਾਲ ਪ੍ਰਭਾ ਆਪੇ ਵੇਲੇ ਦੁਰਗਾ ਦੇ ਵਿੱਚੋਂ ਆਏ ਹੈ ਬਾਬਾ ਨੰਦ ਸਿੰਘ ਮਹਾਰਾਜ ਜੀ, ਦੁਰਗਾ ਦੇ ਵਿੱਚੋਂ ਆਏ ਹੈ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ, ਦੁਰਗਾ ਦੇ ਵਿੱਚੋਂ ਆਏ ਹੈ
Oh,
ਤੁਮਰੇ ਕਾ ਜਿਸ ਮਾਰੇ ਸਤਿਗੁਰ ਤੁਮਰੇ ਜੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਜੀ
ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਦਾਸਾਂ ਦੇ ਸਿਰ ਤੇ ਹੱਥ ਰੱਖੋ, ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਓ, ਨਾਮਦਾਨ ਗਰੀਬੀ ਦਾਨ ਸਿੱਖੀ ਦਾਨ ਸਿਰਕ ਦਾ ਕੋਸਾ ਦਾਨ ਸ਼ਾਂਤੀ ਬਖਸ਼ੋ, ਤੁਹਾਡੇ ਚਰਨਾਂ ਨਾਲ ਬਣਾਵੇ ਸਵਰਸਾਂ ਕੇਸਾਂ ਨਾਲ ਸਿੱਖੀ ਬਖਸ਼ੋ, ਪ੍ਰੇਮਾ ਭਾਰਤੀ ਬਖਸ਼ੋ, ਸਿਰ ਤੇ ਹੱਥ ਰੱਖੋ ਸਮਤ ਬਖਸ਼ੋ, ਆਪਦੇ ਚਰਨਾਂ ਨਾਲ ਜੁੜ ਲਓ, ਆਪਣੀ ਮਾਇਆ ਨੂੰ ਮੋੜ ਲਓ, ਕਾਜੂ ਨੂੰ ਦੂਰ ਕਰੋ, ਦਾਸਾਂ ਦੇ ਹਿਰਦਿਆਂ ਦੇ ਵਸੋ, ਚਰਨਾਂ ਵਿੱਚ ਮੇਲ ਲਾ ਕੁੱਠੀ ਕੱਢੋ ਮਿਹਰਬਾਨ, ਜੋ ਭਾਵੇ ਸੋ ਕੰਮ ਕਰਾਈ ਮਿਹਰਬਾਨ, ਜੋ ਨਾ ਭਾਵੇ ਸੋ ਨਾ ਕਰਵਾਈ, ਜੋ ਭਾਵੇ ਸੋ ਮਤ ਬੁੱਧ ਸੰਗਤ ਲਈ, ਜੋ ਨਾ ਭਾਵੇ ਸੋ ਨਾ ਦੇਈ, ਜਿੱਥੇ ਭਾਵੇ ਤਿੱਥੇ ਰੱਖ ਲੈ, ਜਿੱਥੇ ਨਾ ਭਾਵੇ ਤਿੱਥੇ ਨਾ ਰੱਖੀ, ਜਿੱਥੇ ਰੱਖੀ ਆਪਦੇ ਸੋਹਣੇ ਚਰਨ ਕਮਲਾਂ ਵਿੱਚ ਰੱਖੀ, ਅਖੰਡ ਭਜਨ ਬਖਸ਼ੀ, ਦਰਗਾਹ ਦੇ ਬਖਸ਼ਿਆ ਦੇ ਸਾਜਾਂ ਨਮਾਜ਼ਾਂ ਦੇ ਮੇਲੇ ਹੋਏ ਸੀ, ਜਿਨ੍ਹਾਂ ਦੇ ਮੇਲੇ ਕਰਕੇ ਸਿੱਖੀ ਸਿੱਖੀ ਪ੍ਰਾਪਤੀ ਹੋਵੇ, ਤੂੰ ਦਰਗਾਹ ਦੀ ਸਮਤ ਮਿਲੇ, ਦਰਗਾਹ ਦੇ ਬਖਸ਼ਿਆ ਦਾ ਮੇਲਾ ਬਖਸ਼ੀ, ਦਰ ਤੋਂ ਡਿੱਗੇ ਧੱਕੇ ਨਿੰਦਕ ਦੀ ਸੰਤਰਾ ਦੇਈ, ਜਿਸ ਦੇ ਮੇਲੇ ਕਰਕੇ ਤੂੰ ਵਿਸਰ ਜਾਏ, ਦਰਗਾਹ ਦੇ ਧੱਕੇ ਦਾ ਮੇਲਾ ਨਾ ਦੇ ਜੀ ਮਹਿਮਾਨ ਜੀ, ਜਲ ਚਿੰਦਾ ਰੱਖ ਲਓ ਆਪਣੀ ਕਿਰਪਾ ਧਾਰ, ਜਿੱਤ ਦਵਾਰ ਹੋਵੇ ਤਾਂ ਧਰਵਾਨ, ਸਰਦੇ ਵਰਦੇ ਸੰਸਾਰ ਤੋਂ ਹੱਟੇ ਕੇ ਰੱਖਦਾ ਸਤਿਗੁਰਾ, ਕਾਜੂ ਦੇ ਪੱਤੇ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ, ਮਾਇਆ ਦੇ ਛਾਤਰ ਤੋਂ ਹੱਟੇ ਕੇ ਵਿਚਾਰ ਦੇ ਸਤਿਗੁਰ ਦੀ ਰਹਿਣ ਕਰੋ, ਆਪਦੇ ਚਰਨਾਂ ਦੀ ਹੋਰ ਵਾਸ਼ੋ, ਤਰੋ ਕਰਨਾ ਉਹਨੂੰ ਬਖਸ਼ੋ, ਪਾਣੀ ਵਿੱਚ ਲਿਆਓ, ਪਾਣਾ ਮੰਨਣ ਦੀ ਤਰਕ ਬਖਸ਼ੋ, ਮੈਂ ਕੀਤਾ ਨਾ ਜਾ ਤਾਹਰ ਅੰਕੁਰ, ਹਮ ਕਿਆ ਮੋਦੇ ਸਾ ਦੁੜ ਚੋਰ, ਗੋਇਆ ਹੈ ਘਰ ਲੋੜ ਹਰਾਮੀ, ਪਾਹਨਾ ਉਹਨਾਂ ਪਰ ਗ੍ਰਾਮੀ, ਜੇ ਤਾਂ ਸਮੁੰਦ ਸਾਗਰ ਨਹੀਂ ਭਰਿਆ, ਦੇਤੇ ਉਗਰਾ ਮਾਰੇ, ਦਰਿਆ ਕਰੋ ਛਿਵੇਂ ਪਾਵਰ ਦੇ ਪੱਥਰ ਤਾਰੇ, ਕੁੱਪਰ ਜੈਸੇ ਤਾਂ ਰਾਖ ਦੇ ਸੁਦੇ ਸਨਮੁਜ, ਐਸੇ ਮੇਰਾ ਮਨ ਵੀ ਕਿਹਾ ਹੋਇਆ ਗਾਰਾ ਪਾਰ ਨ ਸੂਜ, ਹੇ ਵਾਹਿਗੁਰੂ, ਗੁਰੂ ਨਾਨਕ ਸਾਹਿਬ ਗਰੀਬ ਨੂੰ ਬਖਸ਼ ਲੈ, ਨਿੱਤ ਦਾ ਮੰਗਤਾ ਆਪ ਜੀ ਦੇ ਦਰ ਕੇ ਖੜਾ ਹੈ, ਮੰਗਤੇ ਦੀ ਝੋਲੀ ਨਾਮ ਦੀ ਖੈਰ ਪਾਓ, ਮੰਗਤਾ ਖਾਲੀ ਨਾ ਜਾਏ, ਸੋ ਅਲਾਮੇ ਦਿਨ ਕਰਾ ਤੀਵਣ ਸੰਸ, ਸਿਫਤ ਸਰਾਣ ਛੱਡ ਕੇ ਕੰਨੀ ਲਗਾ ਹੰਸ, ਸੱਚੇ ਪਾਤਸ਼ਾਹ ਜੀ ਧੰਨ ਧੰਨ ਬਾਬਾ ਜੀ, ਸਾਡੇ ਕਰਮਾਂ ਦਾ ਹਿਸਾਬ ਨਾ ਤੱਕੋ, ਸਾਡੇ ਉੱਪਰ ਮਿਹਰ ਦੇ ਰੱਖੋ, ਜਿਸ ਤਰ੍ਹਾਂ ਸੱਚੇ ਪਾਤਸ਼ਾਹ ਸੱਜਣ ਠੱਗ ਦਾ, ਖੱਬੇ ਰਾਕਸ਼ ਦਾ, ਭੂਮੀ ਡਾਕੂ ਦਾ, ਸਦਰੇ ਕਸਾਈ ਦਾ, ਅਜਾ ਮਲ ਦਾ, ਗਣਕਾ ਦਾ, ਦੁਪਾਰਪੁਰ ਦੇ ਕੋਹੜੀ ਦਾ, ਕੌੜੇ ਰਿੱਠੇ ਦਾ, ਜਾ ਜਾ ਕੇ ਘਰੇ ਜਾ ਜਾ ਧਾਰ ਕੀਤਾ, ਕੋਈ ਵੀ ਗੁਣ ਔਗਣ ਨਹੀਂ ਚਤਾਰਿਆ, ਅਸੀਂ ਗਰੀਬ ਨਮਾਜ ਸੱਚੇ ਪਾਤਸ਼ਾਹ ਬਾਬਾ ਜੀ ਉਸੇ ਪਾਰਟੀ ਦੇ ਬੰਦੇ ਹਾਂ, ਉਹ ਤੋਂ ਵੀ ਵਧੀਕ ਪਾਪੀ ਹਾਂ, ਕਰਕੇ ਬਖਸ਼ ਲਓ, ਸੂਤ ਉਪਰਾਜ ਕਰਤਾ ਜਿੱਤੇ ਜਾਨੀ ਚੀਤਨ ਰਕਸ਼ ਦਿੱਤੇ, ਰਾਮਈਆ ਅੰਬਾਕ ਤੇਰਾ ਕਾਇਨ ਖੰਡ ਸੌਗਣ ਮੇਰਾ, ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਪੁਰਬਾ ਮਾਰਿਆ, ਜਾ ਤੂੰ ਅੰਦਰ ਤਾਂ ਸੁੱਖ ਹੈ ਤੂੰ ਮਾਰੀ ਮਾਰਿਆ, ਜੇ ਤੂੰ ਤੁਠੈ ਕੇ ਪਰ ਲਾਲ ਨਾ ਜਲ ਖਾਲ,
ਇਹ ਭਾਈ ਮੈਂ ਦਾਤਰੀ ਫਿਰਦੇ ਰੱਖਾ ਸਵਾਲ ਸਾਰੇ ਦਿਨਾਂ ਨੂੰ ਕਹਾ ਕੇ ਬਾਬਾ ਜੀ ਅੱਜ ਤੁਹਾਡੀ ਸੱਚੀ ਦਰਗਾਹ ਆਏ ਹਾਂ, ਮੰਦੇ ਹਾਂ, ਗੁਰੂ ਜੀ ਚੰਗੇ ਹਾਂ, ਬਾਬਾ ਜੀ ਤੇਰੇ ਹਾਂ, ਤੇਰਾ ਵੀ ਤੈਨੂੰ ਇਲਾਜ ਸੱਚੇ ਪਾਤਸ਼ਾਹ ਜੀ ਆਪਦੀ ਮਿਹਰ ਦਾ ਸਦਕਾ ਧੰਨ ਧੰਨ ਬਾਬਾ ਤਖਤ ਸ੍ਰੀ ਜੀ ਮਹਾਰਾਜ ਜੋ ਕੀਤਾ ਸੋ ਵਾਹਵਾ ਜੋ ਕਰਨ ਸੋ ਵੀ ਵਾਹਵਾ ਪ੍ਰਤੱਖ ਸਾਹਮਣੇ ਹੁਣ ਹਾਜ਼ਰ ਨਾਜ਼ਰ ਸਾਹਮਣੇ ਪਾਰਟੀ ਬੈਠੇ ਗੁਰੂ ਨਾਨਕ ਸਾਹਿਬ ਖੁਦ ਹਾਜ਼ਰ ਨਾਜ਼ਰ ਹੋਣ ਕਰਾ ਰਹੇ ਹੋ ਸੋ ਵੀ ਵਾਹਵਾ ਵਾਹ ਵਾਹਕਾਰ ਆਪਦੇ ਅਰਦਾਸ ਬੇਨਤੀ ਹੈ ਧੰਨ ਧੰਨ ਬਾਬਾ ਨਾਨਕ ਸਿੰਘ ਮਹਾਰਾਜ ਜੀ ਅਵਤਾਰ ਦੇ ਹਰ ਅਵਤਾਰ ਕੀ ਆਏ ਸੱਚੇ ਪਾਤਸ਼ਾਹ ਜੀ ਜਲ ਕਿਰਦੇ ਨੂੰ ਉਠਾਉਣ ਵਾਸਤੇ ਅੱਜ ਦੇ ਦਿਨ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ ਆਪਣੇ ਨਾਨਕੇ ਨਗਰ ਵਿੱਚ ਭਾਲੀ ਗਾਏ ਸਿੱਖ ਸੰਗਤਾਂ ਸਭਨਾਂ ਦੇ ਭਾਲੀ ਗਾਏ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕੀਤੀ ਹੈ ਆਪਦੀ ਮਿਹਰ ਦਾ ਸਦਕਾ ਨਗਰ ਕੀਰਤਨ ਸੱਚੇ ਪਾਤਸ਼ਾਹ ਜੀ ਆਪਣੇ ਠਾਣ ਦੇ ਵਿੱਚੋਂ ਜਿੱਥੇ ਤੁਹਾਡੇ ਪਵਿੱਤਰ ਚਰਨ ਪਏ ਹਨ ਇੱਥੋਂ ਸੱਚੇ ਪਾਤਸ਼ਾਹ ਜੀ ਸਾਰੇ ਬਦਲੀ ਪਿੰਡ ਦੀ ਪਰਿਕਰਮਾ ਕਰਦਾ ਪਏ ਆ ਵਾਪਸ ਤੁਹਾਡੇ ਘਰ ਵਿੱਚ ਆਇਆ ਹੈ ਆਪ ਇਹਦੇ ਘਰ ਵਿੱਚ ਚੱਲ ਸੱਚੇ ਪਾਤਸ਼ਾਹ ਜੀ ਸਾਰੇ ਭੁੱਲਾ ਮਾਫ ਕਰਿਓ ਜੋ ਇਹ ਟਾਈਮ ਤੇ ਬਾਬਾ ਜੀ ਤੁਹਾਡੇ ਦਰਬਾਰ ਵਿੱਚ ਆਇਆ ਹੈ ਤੁਹਾਡੀ ਕਿਰਪਾ ਦਾ ਸਦਕਾ ਸੌਰਾਜੀ ਜਾਵੇ ਸ੍ਰੀ ਗੁਰੂ ਨਾਨਕ ਨਾਮ ਜਪੀ ਕਲਾ ਜਿਹੜੇ ਭਾਣੇ ਸਰਬੱਤ ਦਾ ਭਲਾ ਪਿਆਰ ਦਿੱਤਾ ਸਾਰ ਦਿੱਤਾ